ਜ਼ਰੂਰ ਕਾਂਗਰਸ ਦਾ ਪ੍ਰਧਾਨ ਪੰਡੋਰੀ ਮਹੰਤਾ ਤੋਂ ਕਿ ਸਰਪੰਚ ਰੇਨੂ ਦੇਵੀ ਮੇਰੀ ਪਤਨੀ ਜੋ ਕਿ ਮੇਰੇ ਨਾਲ ਬੈਠੇ ਹੋਏ ਨੇ, ਜਿੱਦਾਂ ਕਿ ਸਾਡਾ ਕੋਰਮ ਪੂਰਾ ਨਹੀਂ ਹੈਗਾ, ਮੈਂ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਕਰਦਾ ਮੈਂਬਰਾਂ ਨੂੰ ਇਕੱਠੇ ਹੋ ਕੇ ਪਿੰਡ ਦਾ ਵਿਕਾਸ ਕੀਤਾ ਜਾਏ, ਜੋ ਕਿ ਸਾਡੇ ਸਕੂਲ ਪੰਡੋਰੀ ਮਹੰਤਾ ਵਿੱਚ ਉੱਥੇ ਮਿੱਟੀ ਪੈਣ ਵਾਲੀ ਆ, ਹੋਰ ਉਹਦੇ ਵਿੱਚ ਚਾਰ ਦੁਆਰੀ ਦਾ ਥੋੜ੍ਹਾ ਜਿਹਾ ਹੈਗਾ, ਉਹ ਸਾਰਾ ਵਿਕਾਸ ਕੀਤਾ ਜਾਏ, ਹੋਰ ਗਲੀਆਂ ਹੋਰ ਨਾਲੀਆਂ ਸਾਰੀਆਂ ਰਿਪੇਅਰ ਕੀਤੀਆਂ ਜਾਣ। ਇੱਕ ਸਾਡੇ ਕਬਰਸਤਾਨ ਨੂੰ ਜਾਂਦਾ ਹੋਇਆ ਰਸਤਾ, ਉੱਥੇ ਪਾਣੀ ਬਹੁਤ ਹੈਗਾ, ਪਾਣੀ ਲੰਘ ਕੇ ਜਾਣੇ ਬੰਦਾ। ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਉੱਥੇ ਨਿਗਾਹ ਜਿਹਾ ਪੁੱਲ ਪਾ ਕੇ ਕਬਰਸਤਾਨ ਵਿੱਚ ਜਾਇਆ ਜਾਏ ਬੰਦਾ। ਮੈਂ ਸਾਰਿਆਂ ਨੂੰ ਅਪੀਲ ਕਰਨਾ ਕਿ ਸਾਰੇ ਇਕੱਠੇ ਹੋ ਕੇ ਸਾਡਾ ਸਹਿਯੋਗ ਦਿਓ ਅਤੇ ਪਿੰਡ ਦਾ ਵਿਕਾਸ ਹੋ ਜਾਵੇ। ਜਿੱਦਾਂ ਕਿ ਸਾਡੀ ਪੰਜਾਬ ਸਰਕਾਰ ਨੇ, ਕੈਪਟਨ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈਗਾ ਕਿ ਹਰ ਪਿੰਡ ਨੂੰ 550 ਬੂਟਾ ਦਿੱਤਾ ਜਾਏ, ਕਿ ਉਹ ਜਿਹਦੇ ਨਾਲ ਪਿੰਡ ਦੀ ਹਰਿਆਲੀ ਹੋਰ ਵਾਤਾਵਰਨ ਵਧੀਆ ਹੋਏ। ਕੈਪਟਨ ਸਾਹਿਬ ਨੇ ਨਵਾਂ ਉਪਰਾਲਾ ਕੀਤਾ ਕਿ ਛੱਪੜ ਸਾਫ ਕਰਨ ਵਾਲੇ, ਜੋ ਕਿ ਕੀੜਾ ਮਕੌੜਾ ਉਹਦੇ ਪੈਦਾ ਹੁੰਦਾ ਸੀ, ਸਾਡੇ ਲੋਕਾਂ ਬਿਮਾਰੀਆਂ ਲੱਗਦੀਆਂ ਸੀ, ਉਹ ਤੋਂ ਮੁਕਤ ਹੋਣ ਵਾਸਤੇ ਬਹੁਤ ਵਧੀਆ ਉਪਰਾਲਾ ਨਾਲ ਚਾਲੂ ਕੀਤਾ। ਅਸੀਂ ਦਿਲੋਂ ਹੋਰ ਤਨੋਂ ਮਨੋਂ ਕੈਪਟਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹਨਾਂ ਨਸ਼ਾ ਛਡਾਓ ਮੁਹਿੰਮ ਚਲਾਈ ਹੈ। ਅਪੀਲ ਕਰਦੇ ਹਾਂ ਕਿ ਜਿਹਦਾ ਪੈਨਸ਼ਨ, ਬੁਢਾਪਾ ਪੈਨਸ਼ਨ, ਅੰਗਹੀਣ ਪੈਨਸ਼ਨ ਇਹ 750 ਤੋਂ ਵਧਾ ਕੇ 2000 ਜਾਂ 2500 ਕੀਤੀ ਜਾਏ।